ਡਾਕਟਰ ਸੁਰਿੰਦਰ ਸਿੰਘ ਗਿੱਲ ਕਮੈਂਟਰੀ ਆਰਗੇਨਾਈਜ਼ਰ ਐਂਡ ਜਰਨਲਿਸਟ ਅੱਜ ਮਾਈ ਟੀਵੀ ਫੰਕਸ਼ਨ ਤੇ ਵਿੱਚ ਆਇਆ ਸੀ ਔਰ ਇਹ ਟੀਵੀ ਅੱਜ ਸ਼ੁਰੂ ਕੀਤਾ ਗਿਆ ਉਸ ਸੰਬੰਧ ਵਿੱਚ ਕੁਝ ਗੈਸਟ ਜਿਹੜੇ ਹੈ ਉਹ ਇਸ ਫੰਕਸ਼ਨ ਵਿੱਚ ਆਏ ਹਨ ਔਰ ਸਾਡੇ ਦਰਮਿਆਨ ਡਾਕਟਰ ਖਿੱਪਲ ਜੋ ਪੰਜਾਬ ਵਿੱਚ ਐਗਰੀਕਲਚਰ ਯੂਨੀਵਰਸਿਟੀ ਤੇ ਬਹੁਤ ਅੱਛੀਆਂ ਪੋਸਟਾਂ ਤੇ ਰਹੇ ਹਨ ਮੈਂ ਉਹਨਾਂ ਨੂੰ ਸਵਾਲ ਕਰਾਂਗਾ ਡਾਕਟਰ ਖਿੱਪਲ ਸਾਹਿਬ ਪਹਿਲਾਂ ਤੇ GM ਆਈ ਟੀਵੀ ਚ ਥੈਂਕ ਯੂ ਔਰ ਮੇਰਾ ਪਹਿਲਾ ਸਵਾਲ ਤੁਹਾਨੂੰ ਇਹ ਹੈ ਕਿ ਤੁਹਾਨੂੰ ਅੱਜ ਦੇ ਫੰਕਸ਼ਨ ਚ ਆ ਕੇ ਕਿਵੇਂ ਲੱਗਾ ਕਿਉਂਕਿ ਇਹ ਇੱਕ ਨਵਾਂ ਟੀਵੀ ਹੈ ਔਰ ਨਵੀਂ ਸ਼ੁਰੂਆਤ ਹੈ ਔਰ ਇਹ ਸ਼ੁਰੂਆਤ ਜਿਹੜੀ ਹੈ ਅੱਜ ਹੋਈ ਹੈ ਤੇ ਤੁਸੀਂ ਕੀ ਮਹਿਸੂਸ ਕਰ ਰਹੇ ਜੇ ਥੈਂਕ ਯੂ ਡਾਕਟਰ ਸਾਹਿਬ ਫਸਟ ਆਫ ਆਲ ਆਈ ਕੰਗ੍ਰੈਚੁਲੇਟ ਬੋਥ ਕੁਲਦੀਪ ਸਿੰਘ ਐਂਡ ਮੋਨੀ ਸਿੰਘ ਐਂਡ ਆਗਿਆਪਾਲ ਸਿੰਘ ਟੂ ਸਟਾਰਟਿੰਗ ਸੱਚ ਏ ਪ੍ਰੋਗਰਾਮ ਇਨ USA ਮਾਈ ਐਕਸਪੀਰੀਅੰਸ ਹੈਜ਼ ਬੀਨ ਦੈਟ ਐਜ਼ ਵੈਲ ਦੀ ਪ੍ਰਮੋਸ਼ਨ ਆਫ ਪੰਜਾਬੀ ਕਲਚਰ ਇਜ਼ ਕੰਸਰਨ USA ਹੈਜ਼ ਬੀਨ ਲੈਕਿੰਗ ਐਂਡ ਕੈਨੇਡਾ ਇਜ਼ ਵੈਰੀ ਮੱਚ ਐਡਵਾਂਸਡ ਇਨ ਕੈਨੇਡਾ ਯੂ ਮਾਈਟ ਹੈਵ ਸੀਨ ਦੇ ਹੈਵ ਸਟਾਰਟਡ ਸੋ ਮੈਨੀ ਰੇਡੀਓ ਪ੍ਰੋਗਰਾਮ ਸੋ ਮੈਨੀ ਯੂਟਿਊਬ ਪ੍ਰੋਗਰਾਮ ਸੋ ਮੈਨੀ ਥਿੰਗਸ ਬਟ ਹੀਅਰ ਇਨ USA ਵੀ ਸਟਾਰਟਡ ਵਿਦ 3 ਟੈਲੀਵਿਜ਼ਨ ਚੈਨਲਸ 2 ਵਰ ਕਲੋਜ਼ਡ ਐਂਡ 3rd ਹੈ ਪ੍ਰੋਗਰਾਮ ਵਿਚ ਆਰ ਵੈਰੀ ਸਟੀਰੀਓਟਾਈਪ ਯੂ ਕਾਂਟ ਫਾਈਂਡ ਐਨੀਥਿੰਗ ਨਿਊ ਯੂ ਕਾਂਟ ਫਾਈਂਡ ਐਨੀਥਿੰਗ ਕ੍ਰੀਏਟਿਵ ਐਂਡ ਦੇ ਆਰ ਰੈਪੀਟੀਟਿਵ ਆਈ ਥਿੰਕ ਦੇਰ ਵਾਜ਼ ਏ ਨੀਡ ਫੋਰ ਸੱਚ ਏ ਨਾਈਸ ਐਫਰਟਸ ਲਾਈਕ ਮਾਈ ਟੀਵੀ ਔਰ ਮਾਈ ਰੇਡੀਓ ਖਿਪਸਾ ਆਈ ਐਗਰੀ ਵਿਦ ਯੂ ਬਟ ਕੈਨ ਯੂ ਗਿਵ ਸਮ ਸੁਜੈਸ਼ਨ ਇਨ ਪ੍ਰੀਟੈਂਟ ਵਿਦ ਪੰਜਾਬੀ ਲੈਂਗੁਏਜ ਬਿਕੋਜ ਦਿਸ ਲੈਂਗੁਏਜ ਯੂ ਨੋ ਇਟ ਇਜ਼ ਏ ਸੈਕਿੰਡ ਔਰ 3rd ਲੈਂਗੁਏਜ ਇਨ USA ਐਂਡ ਵੀ ਆਰ ਰਨਿੰਗ ਸਕੂਲਸ ਇਨ ਗੁਰਦੁਆਰਾਜ ਟੂ ਬ੍ਰਿੰਗ ਪੰਜਾਬੀ ਇਨ ਲਾਈਮ ਲਾਈਟਸ ਸੋ ਵਟ ਯੂਰ ਓਪੀਨੀਅਨ ਔਰ ਸੁਜੈਸ਼ਨ ਹਾਊ ਟੂ ਬੂਸਟ ਪੰਜਾਬੀ ਅਮੰਗ ਚਿਲਡਰਨ ਐਜ਼ ਵੈਲ ਐਜ਼ ਇਨ ਅਵਰ ਕਮਿਊਨਿਟੀ ਵਟ ਯੂਰ ਆਈ ਥਿੰਕ ਅਵਰ ਮੇਨ ਕੰਸਰਨ ਸ਼ੁਡ ਬੀ ਦੈਟ ਹਾਊ ਵੀ ਕੈਨ ਮੋਟੀਵੇਟ ਅਵਰ ਯੰਗ ਜਨਰੇਸ਼ਨ ਟੁਵਾਰਡਸ ਦੀ ਪੰਜਾਬੀ ਕਲਚਰ ਵੈਲਿਊਸ ਮਾਈ ਬੋਲੀ ਪੰਜਾਬੀ ਕਲਚਰ ਐਂਡ ਸੋ ਮੈਨੀ ਅਦਰ ਥਿੰਗ ਐਸੋਸੀਏਟਡ ਵਿਦ ਦੈਟ ਐਂਡ ਦੈਟ ਕੈਨ ਓਨਲੀ ਬੀ ਡਨ ਇਫ ਵੀ ਪ੍ਰਮੋਟ ਪ੍ਰੋਗਰਾਮਸ ਰਿਲੇਟਡ ਟੂ ਦੋਸ ਔਨ ਮਾਈ ਟੀਵੀ ਮੇ ਬੀ ਥਰੂ ਰੇਡੀਓ ਔਰ ਥਰੂ ਦੀ ਟੀਵੀ ਬੇਸਿਕ ਥਿੰਗ ਇਜ਼ ਦੈਟ ਯੂ ਮਾਈਟ ਹੈਵ ਸੀਨ ਇਨ ਸਪੈਨਿਸ਼ ਆਲ ਸਪੈਨਿਸ਼ ਪੀਪਲ ਦੇ ਆਰ ਮੇਨਟੇਨਿੰਗ ਦ ਮਾਂ ਬੋਲੀ ਸਪੈਨਿਸ਼ ਬਟ ਹੀਅਰ ਅਵਰ ਚਿਲਡਰਨ ਦੇ ਮੋਸਟਲੀ ਸਪੀਕ ਇੰਗਲਿਸ਼ ਇਨ ਸਪਾਈਟ ਆਫ ਅਵਰ ਐਫਰਟਸ ਦੇ ਲੈਕ ਪੰਜਾਬੀ ਅੰਡਰਸਟੈਂਡਿੰਗ ਪੰਜਾਬੀ ਬੋਲੀ ਸੋ ਆਈ ਥਿੰਕ ਦੈਟ ਇਜ਼ ਵਨ ਥਿੰਗ ਅਦਰ ਇਜ਼ ਹਾਊ ਵੀ ਕੈਨ ਪ੍ਰਮੋਟ ਦੀ ਪੰਜਾਬੀ ਕਲਚਰ ਅਮੰਗ ਦੀ ਅਡਲਟਸ ਸੋ ਦੈਟ ਵੀ ਕੈਨ ਬੀ ਕੰਟੀਨਿਊ ਟੂ ਬੀ ਕੰਬਾਈਨ ਵਿਦ ਅਵਰ ਪੰਜਾਬੀ ਰੂਟਸ ਨੋ ਡਾਊਟ ਦੀ ਸੁਜੈਸ਼ਨ ਵਿੱਚ ਯੂ ਆਰ ਗਿਵਿੰਗ ਵੀ ਵਿਲ ਕੈਰੀ ਆਊਟ ਬਟ ਸਿੰਸ ਅਵਰ ਚਿਲਡਰਨ ਆਰ ਇਨਵਾਲਵਿੰਗ ਇਨ ਕਲਚਰਲ ਫੰਕਸ਼ਨ ਐਜ਼ ਵੈਲ ਐਜ਼ ਇਨ ਸਪੀਕਿੰਗ ਕੰਪੀਟੀਸ਼ਨਸ ਆਫ ਗੁਰਬਾਣੀ ਐਂਡ ਡਿਬੇਟ ਡੈਕਲਾਮੇਸ਼ਨ ਐਂਡ ਸਟਿਲ ਆਈ ਹੈਵ ਫਾਈਂਡ ਦੀ ਮੋਸਟ ਆਫ ਦੀ ਪੇਰੈਂਟਸ ਦੇ ਆਰ ਸਪੀਕਿੰਗ ਇੰਗਲਿਸ਼ ਇਨ ਦੇਅਰ ਹਾਊਸਿਸ ਵੇਅਰ ਐਜ਼ ਦੈਟ ਇਜ਼ ਅ ਬੇਸਿਕ ਥਿੰਗ ਵੇਅਰ ਵੀ ਹੈਵ ਟੂ ਐਮਫੇਸਾਈਜ਼ ਦੈਟ ਦੀ ਪੇਰੈਂਟ ਸ਼ੁੱਡ ਸਪੀਕ ਪੰਜਾਬੀ ਵਿਦ ਦੇਅਰ ਚਿਲਡਰਨ ਦੈਟ ਇਜ਼ ਅ ਬੇਸਿਕ ਪਾਰਟ ਹਾਊ ਐਵਰ ਦੇ ਮੇ ਹੈਵ ਇਨਫ ਟਾਈਮ ਟੂ ਸਪੀਕ ਇੰਗਲਿਸ਼ ਆਊਟਸਾਈਡ ਬਟ ਵੀ ਸ਼ੈਲ ਗਿਵ ਸਟ੍ਰੈਸ ਐਟ ਹੋਮ ਟੂ ਸਪੀਕ ਪੰਜਾਬੀ ਐਂਡ ਟਾਕ ਇਨ ਪੰਜਾਬੀ ਐਂਡ ਡੂ ਦੀ ਵਰਕ ਇਨ ਪੰਜਾਬੀ ਕਲਚਰ ਸੋ ਅਲੋਂਗ ਵਿਦ ਦੈਟ ਵਟ ਐਸ ਯੂ ਵਾਂਟ ਟੂ ਐਡ ਇਨ ਦਿਸ ਐਪੀਸੋਡ ਆਈ ਥਿੰਕ ਦੈਟ ਰੀਸ਼ਨ ਟੂ ਦੈਟ ਵੀ ਕੈਨ ਰਨ ਵੇਰੀਅਸ ਪ੍ਰੋਗਰਾਮਸ ਬਾਈ ਵਿੱਚ ਵੀ ਕੈਨ ਪ੍ਰਮੋਟ ਪੰਜਾਬੀ ਕਲਚਰ ਐਂਡ ਵੀ ਕੀਪ ਅਵਰ ਪੀਪਲ ਅਟੈਚ ਵਿਦ ਦੀ ਲੇਟੈਸਟ ਨਿਊਜ਼ ਲੇਟੈਸਟ ਡਿਵੈਲਪਮੈਂਟਸ ਟੇਕਿੰਗ ਪਲੇਸ ਐਂਡ ਦੀਜ਼ ਆਰ ਸਮ ਆਫ ਦੀ ਪੁਆਇੰਟਸ ਵਿੱਚ ਕੈਨ ਬੀ ਟੇਕਨ ਕੇਅਰ ਬਾਈ ਵੇਰੀਅਸ ਪ੍ਰੋਗਰਾਮ ਵਿਦ ਦੇ ਆਰ ਗੋਇੰਗ ਟੂ ਰਨ ਔਨ ਦਿਸ ਮਾਈ ਟੀ ਵੀ ਔਰ ਮਾਈ ਰੇਡੀਓ ਐਟ ਲਾਸਟ ਆਈ ਵਾਂਟ ਟੂ ਐਡ ਦੈਟ ਵੀ ਡੋਂਟ ਹੈਵ ਐਨੀ ਪੰਜਾਬੀ ਸਕੂਲ ਸਪੈਸ਼ਲੀ ਇਨ ਮੈਟਰੋਪੋਲੀਟਨ ਏਰੀਆ ਵੇਅਰ ਐਜ ਇਨ ਕੈਲੀਫੋਰਨੀਆ ਵੀ ਹੈਵ ਏ ਚਾਰਟਰਡ ਸਕੂਲ ਆਈ ਥਿੰਕ ਇਫ ਵੀ ਸ਼ੈਲ ਗੋ ਟੂਗੈਦਰ
and take opinion of my TV, and they should advertise and tell the parents and the audience that there must be a one charter school in metropolitan area. For that, on today's program, I request everybody to come forward and help to start a charter school which will help to promote Punjabi as well as the My TV. So what is your message to the community as well as the My TV team? I think that's a very good suggestion. You have made a very important observation that Punjabi school in the organized sector is very, very important. And I think as we spend a lot of money on creating gurdwaras, that's good. But school education is much more important than that. And we should, I would request all the Punjabi community to contribute in ideas, contribute financially, so that we can come up with a Punjabi school, and the My TV and My Radio then can play a very important role. Thank you very much, Dr. Khipal. You have given good suggestion, and on the occasion of this My TV inauguration function, so we are really thankful and hope in future you will give more ideas, more suggestion which will incorporate with the community to boost our Punjabi. Thank you very much. Thank you very much.